ਉਹਨਾਂ ਕੋ ਆਖੀ ਮੇਰਾ ਬਾਬਾ ਐਂ ਹੀ ਇਵੇਂ ਗੁਜ਼ਰਦੇ ਪਏ ਹਨ। ਬੱਚੇ ਖੇਡਦੇ ਖੜ੍ਹੇ ਹਨ, ਇੱਕ ਬੱਚਾ ਅਲੱਗ ਖੜ੍ਹਾ ਹਾਂ। ਮੌਲਾ ਪੁੱਛੇ ਤੂੰ ਅਲੱਗ ਕਿਉਂ ਖੜ੍ਹਾ ਹੈ? ਆਦੇ ਕਿਆ ਦੱਸਾਂ ਵਾਂ, ਇਹ ਜਿਤਨਾ ਖੇਡ ਰਹੇ ਨਾ ਇਹਨਾਂ ਦੇ ਅੱਬੇ ਮੌਜੂਦ ਹਨ, ਵਾਲਦੈਨ ਮੌਜੂਦ ਹਨ, ਮੈਂ ਹਾਂ ਯਤੀਮ। ਯਤੀਮ ਸਮਝ ਕੇ ਮੇਰੇ ਕਰੀਬ ਕੋਈ ਨਹੀਂ ਕਰੇਗਾ। ਬਹੁ ਰੋਨਾ ਅਲੀ, ਰੋ ਕੇ ਫਰਮਾਇਆ ਨਾ ਘਬਰਾ, ਅੱਜ ਤੋਂ ਬਾਅਦ ਤੂੰ ਮੇਰਾ ਬੇਟਾ ਹੈ। ਜਿਹੜਾ ਕੂਫੇ ਦੇ ਯਤੀਮੇ ਦਾ ਖਿਆਲ ਕਰੇਗਾ ਹਾਂ ਨਾ ਅਲੀ, ਹੁੰਦੇ ਆਪਣੇ ਨਵਾਸੇ ਜੰਗਲਾਂ 'ਚ ਰੋਣਗਾ। ਤਵਜੋ ਕਰੇ ਨਿਆਜ਼ੇ ਮੌਲਾ, ਦਿਨ ਜਲਦੀ ਨਾਲ ਗੁਜ਼ਰ ਰਹੇ ਨੇ। ਮਿੰਨਤ ਹੈ ਕਿਸੇ ਤੇ ਕਹਿਣਾ, ਆਪਣੀ ਆਖਰਤ ਵਾਸਤੇ, ਆਕਬਤ ਵਾਸਤੇ। ਦੋ ਰਿਵਾਇਤਾਂ ਕੁਛ ਪੜ੍ਹਦੇ ਨੇ ਕਿ ਜਨਾਬ ਮੁਸਲਿਮ ਨਾਲ ਜੋੜੀ ਗਈ ਹੈ। ਮੇਰੇ ਕੋ ਨਹੀਂ ਪਤਾ ਮੁਸਲਿਮ ਨਾਲ ਕਿਆ ਜ਼ਰੂਰਤ ਹੈ ਕਿ ਜੋ ਵੀ ਤੁਰ ਪਈ। ਇਤਨਾ ਜ਼ਰੂਰ ਆਦਾ ਨਜਵੀ ਸਾਹਿਬ ਹੀ ਨੇ ਲਿਖਦੇ ਹਨ, ਜਦੋਂ ਸ਼ਾਮ ਗਰੀਬਾਂ ਲੁੱਟ ਪਈ ਹੈ ਨਾ ਅਤੇ ਖੈਮੇ ਕੋ ਭਾ ਲੱਗੀ ਹੈ, ਫੌਜਾਂ ਦੇ ਡਰ ਤੋਂ ਬੱਚੇ ਨਿਖੜੇ, ਇੱਥੋਂ ਮੁਸਲਿਮ ਦੀ ਜੋੜੀ ਨਿਖੜ ਪਈ ਹੈ, ਕਾਫਲੇ ਕੋ ਨਹੀਂ ਮਿਲ ਸਕੀ, ਗ੍ਰਿਫਤਾਰ ਹੋ ਗਏ। 5 ਤੇ 7 ਸਾਲ ਦਾ ਸਾਨਹਾ ਕੈਦ ਖਾਨਾ ਮਿਲਿਆ। ਸ਼ਰੀਫ ਅਜ਼ਾਦਾਰਾ ਨੂੰ ਜਮੇ ਦੀਆਂ ਰੋਟੀਆਂ ਮਿਲਦੀਆਂ, ਇੱਕ ਗਰਮ ਜਾਮ ਪਾਣੀ ਦਾ ਮਿਲਦਾ। ਤੂੰ ਸਮਝਦਾ ਵੀ ਕਹੋ ਕਿ ਸ਼ਾਇਦ ਨੂੰ ਰੋਟੀਆਂ ਸੁਬਹਾ ਮਿਲਦੀਆਂ ਉਸਨੂੰ, ਨੂੰ ਸ਼ਾਮੀ ਮਿਲਦੀਆਂ ਉਸਨੂੰ, ਨਾ ਨਾ, ਤਾਰੀਖ ਗਵਾਹ ਹੈ 24 ਘੰਟੇ ਬਾਅਦ ਨੂੰ ਰੋਟੀਆਂ ਜਮੇ ਦੀਆਂ, ਇੱਕ ਜਾਮ ਪਾਣੀ ਦਾ। ਇੱਜ਼ਤ ਵਾਲੇ ਲੋਕੋ, ਮੈਂ ਕੋਈ ਇਵੇਂ ਆਦਾ ਰਹਿੰਦਾ, ਸਾਰਾ ਵੀ ਰੱਖੇਂਦੇ ਹਨ ਰੋਜ਼ਾ, ਸ਼ਾਮ ਕੋ ਕਰੇਂਦੇ ਹਨ ਅਫਤਾਰ। ਆ ਗਈ ਹੈ ਈਦ ਵਾਲੀ ਰਾਤ, ਹਰ ਕਹੀਂ ਕੋ ਖਾਣੇ ਮਿਲ ਗਏ, ਮਸ਼ਕੂਰ ਕੋ ਯਤੀਮ ਭੁੱਲ ਗਏ। ਮੇਰੇ ਕਿਬਲਾ ਕਾਬਾ ਫਰਮੇਂਦੇ ਹੈ, ਘਰ 'ਚ ਸੁੱਤਾ ਹੋਇਆ ਅੱਧ ਰਾਤ ਦਾ ਵੇਲਾ ਹਾਂ, ਇਹਦੇ ਘਰ 'ਚ ਰੋਵਣ ਦੀ ਆਵਾਜ਼ ਆਈ। ਮਸ਼ਕੂਰ ਤੜਪ ਗਏ, ਕੌਣ ਪਰਦਾਦਾਰ ਹੈ ਮੇਰੇ ਘਰ 'ਚ ਰੋਵਣ ਵਾਲੀ? ਆਵਾਜ਼ ਹੈ, ਸੁਣਿਆਣ ਮੈਂ ਮੁਹੰਮਦ ਦੀ ਧੀ ਹਾਂ। ਸਾਰਿਆਂ ਕੋ ਖਾਣੇ ਦਿੱਤੇ ਨਹੀਂ, ਮੇਰੇ ਯਤੀਮ ਭੁੱਲ ਗਏ ਨਹੀਂ, ਇਹ ਤੜਪ ਗਏ ਬੀਬੀ, ਮੇਰੇ ਕਹਿਦੇ ਤਾਂ ਕੋਈ ਸੱਯਦ ਨਹੀਂ। ਫਿਰ ਖਿਆਲ ਹੈ ਉਹ ਜਿਹੜੇ ਨੂੰ ਯਤੀਮ ਛੋਟੇ ਬੱਚੇ, ਕਿਤੇ ਸੱਯਦ ਤਾਂ ਨਹੀਂ, ਖਾਣਾ ਚਾਹ ਕੇ ਡੋਰ ਪਏ, ਤਾਲਾ ਖੋਲਾ ਹੈ। ਮੈਂ ਆਦਾ ਮੁਮਕਿਨ ਨੇ ਦੀਵਾਰੇ 'ਤੇ ਨਿਗਾਹ ਮਾਰੀ ਹੋਵੇ ਅਤੇ ਖੂਨ ਨਜ਼ਰ ਆਇਆ ਹੋਵੇ, ਪੁੱਛਿਆ ਹੋਵੇ ਵੱਡੇ ਤੂੰ ਇਹ ਕਿਹੜੀ ਸ਼ੈ ਦਾ ਖੂਨ ਹੈ, ਅਤੇ ਵੱਡੇ ਆਖਿਆ ਹੋਵੇ ਭਰਾ ਦੀ ਮੁਹੱਬਤ ਦਾ ਖੂਨ ਹੈ। ਆਦੇ ਸ਼ਹਿਜ਼ਾਦਾ ਖਾਣਾ ਖਾ, ਕਹਿਦੀ ਆ ਖਾਣਾ ਖਾ। ਸ਼ਹਿਜ਼ਾਦਾ ਦੇਖ ਕੇ ਆਖਣ ਲੱਗਾ, ਜਿਹਦੇ ਭਰਾ ਮਰ ਵੰਜੇ ਨਾ, ਖਾਣੇ ਨਹੀਂ ਖਾਂਦੇ, ਸਦਾ ਵਸਦਾ ਰਹੇ। ਸੋਹਣੀ ਆਏ ਕੀਤੀ ਨੇ, ਕਈ ਆਖਿਆ ਤੇਰਾ ਭਰਾ ਮਰ ਗਏ, ਕਾਫੀ ਦੇਰ ਤੋਂ ਸਦ ਮਰੇ ਨਾ, ਮੇਰੇ ਕੋਲ ਜਵਾਬ ਨਹੀਂ ਦਿੰਦਾ, ਅਹਿਸਾਨ ਕਰ ਘਰ ਲਗਾ ਵੰਜ। ਬੀਵੀ ਕੋ ਗਿਦਿਆ ਉਹ ਸਰ ਝੋਲੀ 'ਚ ਪਾ ਕੇ ਇਤਨਾ ਕੁਝ ਆਖੇ, ਜਾਗ ਮਾਂ ਬਿਨਾਂ ਨਹੀਂ ਹੋਈ, ਮੇਰਾ ਭਰਾ ਜਾਗ ਕੋਸੇ ਤੁਰ ਪਏ, ਦਿਲ 'ਚ ਰਹਿਮ ਪੈਦਾ ਥੇ ਤੁਰ ਪਏ। ਘਰ 'ਚ ਆਏ ਮੈਂ ਇਵੇਂ ਪੜ੍ਹਦਾ ਰਹਿੰਦਾ, ਇਹਦੀ ਬੀਵੀ ਪਹਿਲੇ ਤਿਆਰ ਹੈ। ਮਸ਼ਕੂਰ ਪੁੱਛੇ ਤੂੰ ਕਿਵੇਂ ਤਿਆਰ ਹੈ? ਆਦੀ ਇਹ ਕਿਆ ਦੱਸਾਂ ਵਾਂ, ਸੁੱਤੀ ਹੋਈ ਆ ਮੇਰੇ ਕੋ, ਆਦੀ ਇਹ ਮੈਂ ਮੁਹੰਮਦ ਦੀ ਧੀ ਹਾਂ। ਸ਼ੌਹਰ ਗਿਣਨ ਆਵੇ ਬੇਪਰਵਾਹੀ ਨਾ ਕਰੇ, ਲਗੀ ਮੈਂ ਤੁਰ ਪੈਣ, ਜ਼ਿੰਦਾਨ ਦੇ ਕਰੀਬ ਹੈ, ਖਤਮ ਕਰਾਂ ਤੁਹਾਡੀ ਜ਼ਹਿਮਤ, ਜ਼ਿੰਦਾਨ ਦੇ ਕਰੀਬ ਹੈ। ਆਦੀ ਮਸ਼ਕੂਰ ਰੁਕ ਮੈਂ ਦੇਖਦੀ ਹਾਂ, ਯਤੀਮ ਮਿੱਟੀਆਂ ਤਾਂ ਸਭ ਦੇਖੀ ਮੈਂ, ਬਸ ਅੰਨਾ ਰਹੀ ਹੈ, ਸਰ ਝੋਰੀ 'ਚ ਪਾਇਆ, ਜਾਗ ਮਾਂ ਮਿਲਣ ਰਹੀ ਹੈ। ਤੜੇ ਬੁੜੇ ਸ਼ਹਿਜ਼ਾਦਾ ਅੰਮਾ ਉਸ ਵੇਲੇ ਆਈਏ ਜਿਹੜਾ ਥੱਕ ਪਏ ਸੀ, ਜਵਾਂ ਦੀਆਂ ਰੋਟੀਆਂ ਮਿਲਦੀਆਂ, ਗਰਮ ਪਾਣੀ ਮਿਲਦਾ। ਵੱਡਾ ਸ਼ਹਿਜ਼ਾਦਾ ਦੇ ਅੱਖੋਲ ਮਾਂ ਨਹੀਂ ਮਸ਼ਕੂਰ ਦੀ ਦੌਲਤ, ਹੁਣ ਖਿਆਲ ਹੈ ਇਸ ਕਿਤੇ ਤਾਰੁਫ ਕਰਾਵਾਂ। ਆਦੇ ਆ ਤਾਰੇ ਫੀਨਾ ਅਲੀ ਅਬਨਾ ਅਬੀ ਤਾਲਿਬ,
ਅਲੀ ਕੁ ਜਾਣਦਾ ਹੈ? ਨਰੋ ਕਹਦੇ ਹਾਂ ਬਿਲਕੁਲ ਜਾਣਦਾ ਹੋਗਾ, ਇਮਾਮ ਹੀ ਹੋ ਤਾਂ ਮੇਰਾ ਇਮਾਮ ਹੈ। ਬਾਤ ਆਖੇ ਸਾ ਤਾਰਫੀਨ ਅਬਾਸ ਨੇ ਅਲੀ ਗਾਜ਼ੀ ਕੁ ਜਾਣਦਾ ਹੈ, ਆਦੇ ਬਿਲਕੁਲ ਜਾਣਦਾ ਸ਼ਹਿਜ਼ਾਦੇ ਆਦਮ ਅਬਾਸ ਦੇ ਸੱਕੇ ਘਣੇ ਜੈਸੇ ਜਾਂ ਬੋਲੇ ਸ਼ਰੀਫਾ ਕਦਮੇ ਤੇ ਢਾਏ ਪੈ ਆਦੇ ਮੈਂ ਤਾਲਾ ਖੁੱਲੇ ਨਾ ਲਗੇ ਵਜੋ ਮੇਰੇ ਨਾਲ ਜੋ ਹੋ ਸੇ ਮੈਂ ਗੁਜ਼ਾਰ ਗਿਨਸਾਂ, ਇੱਕ ਅਹਿਸਾਨ ਕਰੋ ਕਿਆਮਤ ਵਾਲੇ ਦਿਨ ਦਾਦੀ ਦੇ ਸਾਹਮਣੇ ਮੇਰੀ ਸਿਫਾਰਿਸ਼ ਕਰਾਏ। ਤਲਾਬ ਤੇ ਹੈ ਹਾਰਿਸ ਦੀ ਕਨੀਸ ਪਾਣੀ ਭਰਨ ਆਈ, ਡੂ ਗਰੀਬ ਡਿੱਠੇ ਨੇ ਰੋ ਪਈਏ ਕਾਈ ਮਾਂ ਦੀ ਝੋਲੀ ਉਜਾੜੀਏ ਸਹੀ ਆਦਾਦ ਜੇ ਪੂਰੇ ਸਿੰਘ ਉਹ ਜ਼ੁਲਮ ਕਰੇਗੇ ਸਦਾ ਵਸਦਾ ਇਹ ਦੇ ਕੋਈ ਡਰੇ ਹੋਏ ਬਾਲ ਆ ਨਾ ਛੋਟੀ ਔਲਾਦ ਆ ਨਾ ਵਸੇ ਰਹੋ ਆਬਾਦ ਰਹੋ, ਅੱਲਾ ਤੁਹਾਡੇ ਪਰਦੇ ਸਲਾਮਤ ਰੱਖੇ। ਘਰ ਗਿਣ ਆਈਏ ਮੇਰੀ ਮਾਲਕਿਨ ਮੋਮਨਾ ਹੈ, ਘਰ ਗਿਣ ਆਈਏ ਹਾਰਿਸ ਦੀ ਬੀਵੀ ਨੇ ਬਿਹਤਰੀਨ ਖਾਣਾ ਦਿੱਤਾ, ਅਲੱਗ ਅਲੱਗ ਬਿਸਤਰ ਬਣਾਉਣ ਲੱਗੀ ਮੈਂ ਆਪਦਾ ਵੱਡੇ ਆਖਾ ਉਸੇ ਨਾਰਾਜ਼ ਨਾ ਥੀ ਮੈਂ ਤੇਰੇ ਮਹਿਮਾਨ ਐਸੇ ਕਾਫੀ ਦੇਰ ਬਾਅਦ ਸਭ ਇਕੱਠੇ ਬਿਸਤਰ ਪਿਆ ਮਿਲਦੇ ਅਗਰ ਤੂੰ ਨਾਰਾਜ਼ ਨਾ ਥੀ ਮੈਂ ਐਸਾ ਮੇਰਾ ਇਕੱਠੇ ਸੰਭੋ ਹੋ ਸਕਦੇ ਸਾਰੇ ਜ਼ਿੰਦਗੀ ਦੀ ਆਖਰੀ ਨਿੰਦ ਹੋਵੇ। ਸ਼ਹਿਜ਼ਾਦੇ ਸੁੱਤੇ ਅੱਧ ਰਾਤ ਵੇਲੇ ਹਾਰਿਸ ਘਰ ਆਏ ਕੁੰਡੀ ਖੜਕਾਈ ਤੇ ਬੀਵੀ ਪੁੱਛੇ ਕੌਣ ਘਰ ਦਾ ਮਾਲਿਕ ਹੁਣ ਤੱਕ ਕਿੱਥਾਂ ਰਹਿ ਗਏ? ਮੁਸਲਿਮ ਦੇ ਯਕੀਨ ਨਾਲ ਲੱਭਦੇ ਉਹਨਾਂ ਕੋ ਬੁਲੈਂਦਾ ਰਹੀਆਂ ਬਹੁ ਇਨਾਮ ਮਿਲਸੇ ਆਦਿ ਹਯਾ ਕਰ ਰਸੂਲ ਦੇ ਮੱਥੇ ਕਿਵੇਂ ਲੱਗਸੇ ਕਿਉਂ ਨਾ ਖੂਨ 'ਚ ਹੱਥ ਰੰਗੇਂਦੀ ਇਤਨਾ ਤੱਕ ਬੱਚਾ ਕੋ ਬਾਬਾ ਖਾਬ 'ਚ ਮਿਲੇ ਸ਼ਹਿਜ਼ਾਦੇ ਰੋ ਪੈਣ ਬਾਬਾ ਤੂੰ ਤਾਂ ਤੁਰ ਗਏ ਅਸਾਂ ਬੁਲ ਗਏ ਸੀ ਸ਼ਹਿਜ਼ਾਦੀ ਦਾ ਰੋਮਣਾ ਬੀਵੀ ਤੂੰ ਪੁੱਛਾ ਐਸੇ ਕਹਿੰਦੇ ਬੱਚੇ ਪੈ ਰੋਣੇ ਕੋਸ਼ਿਸ਼ ਕੀਤੀ ਇਸ ਟਾਲਾ ਹਮ ਸਹਿ ਕੇ ਬੱਚੇ ਹੋ ਸੇ ਚੁੱਪ ਕਰ ਵੇਸੇ ਆਦੇ ਨਹੀਂ ਕਾਫੀ ਦੇਰ ਤੂੰ ਰੋਂਦੇ ਪਏ ਕਈ ਹਮ ਸਹਿ ਦੇ ਬੱਚੇ ਹੋਏ ਨਾ ਮਾਂ ਪਿਓ ਚੁੱਪ ਕਰਾਵੇ ਆ ਮੇਰੇ ਕੋ ਇਵੇਂ ਲੱਗਦਾ ਇਹ ਕੋਈ ਯਤੀਮ ਹੈ ਇਵੇਂ ਲੱਗਦਾ ਇਹਨਾਂ ਦਾ ਕੋਈ ਵਾਰਿਸ ਨਹੀਂ ਚਾਬੀ ਮੰਗੀ ਤੇ ਨਾ ਮਿਲੀ ਜਾਮਪੁਰ ਦਾ ਸ਼ਰੀਫ ਤਾਲਾ ਤੋੜੇ ਅੰਧਾਰੇ 'ਚ ਹੱਥ ਮਰੇਂਦਾ ਆਉਂਦਾ ਕਿਤਾਬ 'ਚ ਮੈਂ ਲਫ਼ਜ਼ ਮਿਲਦੇ ਨਹੀਂ ਹੱਥ ਰੱਖੇ ਹੱਥ ਚਾਹੀਦਾ ਹੈ ਸ਼ਹਿਜ਼ਾਦੇ ਦੀਆਂ ਤਲੀਆਂ ਪਟੀ ਦੀਆਂ ਸਹਿਨੇ 'ਚ ਕਹਿੰਦਾ ਮਰਜ਼ੀ ਨਾਲ ਤਮਾਸ਼ੇ ਮਰੇਂਦਾ ਰਹੀਏ ਤੇਰਾ ਦਿਲ ਨਾ ਦੁੱਖੇ ਨਾਰਾਜ਼ ਹੀ ਨਾ ਥੀ ਮੈਂ ਰਵਾਇਤ ਔਖੀ ਹੈ ਰਵਾਇਤ ਦਾ ਮੈਂ ਜ਼ਿੰਮੇਦਾਰ ਹਾਂ ਉਸਦੇ ਹਵਾਲੇ ਦਾ ਵੀ ਮੈਂ ਜ਼ਿੰਮੇਦਾਰ ਹਾਂ ਤਜਰਬਤਨ ਕਈ ਛੋਟੇ ਬਾਲ ਤੂੰ ਮਾਰੋ ਨਾ ਵਕ ਬਾਲ ਦੀ ਕੋਸ਼ਿਸ਼ ਹੁੰਦੀ ਹੈ ਜੋ ਮੂੰਹ ਤੇ ਹੱਥ ਰੱਖੇ ਇਹ ਬੇਗੈਰਤ ਤੈਨੂੰ ਮਾਰਿਆ ਨਾ ਤੇ ਸ਼ਹਿਜ਼ਾਦੇ ਆਪਣੇ ਚਿਹਰੇ ਤੇ ਹੱਥ ਰੱਖੇ ਇਹ ਬੇਗੈਰਤ ਗਏ ਇਹ ਰੱਸੀ ਟੋਲੀਏ ਕਿਤਾਬ ਦੇ ਲਫ਼ਜ਼ ਸ਼ਹਿਜ਼ਾਦੇ ਦੇ ਹੱਥ ਪਿੱਛਾਂ ਦਾ ਬੱਠੇ ਨੇ ਬੇਗੈਰਤ ਮਰਜ਼ੀ ਨਾਲ ਤਮਾਸ਼ੇ ਮਾਰੇਂਦਾ ਰਹੇ ਜਦੋਂ ਮਾਰ ਮਾਰ ਕੇ ਥੱਕ ਪਏ ਨਾ ਹੁਣ ਥੰਬੇ ਨਾਲ ਬੰਨ ਛੋਟਾ ਇਸ ਆਪ ਸੁੱਤਾ ਰਹੀਏ ਜਾੜਾ ਮਰਹੂਮ ਲਿਖਦੇ ਨੇ ਸੁਬਾ ਥੋਈਏ ਰੱਸੀਆਂ ਖੋਲੀਆਂ ਨੇ ਵੱਡਾ ਸਜੇ ਜਾਣਗੇ ਛੋਟਾ ਖੱਬੇ ਜਾਣਗੇ ਪੁੱਤਰ ਕੋ ਸਦਾ ਇਸ ਆਦੇ ਵਾਨੀ ਨਾ ਕੋ ਕਤਲ ਕਰ ਦੇ ਇਹ ਟੁਰਦਾ ਪਿਆ ਸ਼ਹਿਜ਼ਾਦੇ ਆਦੇ ਅਸਾਂ ਯਤੀਮ ਇਸੇ ਅਸਾਂ ਸੈਦ ਹੈ ਤੇਰੀ ਉਮਰ ਅਲੀ ਅਕਬਰ ਦੇ ਨਾਲ ਮਿਲਦੀ ਹੈ ਸਾਡੇ ਖੂਨ 'ਚ ਹੱਥ ਨਾ ਪਾ ਇਹ ਛੋੜ ਕੇ ਚਲਾ ਗਏ ਵਾਤੀ ਦਾ ਹਬਸ਼ੀ ਗੁਲਾਮ ਆਈ ਉਹ ਕੋ ਆਖੇ ਤੂੰ ਪਤਾ ਚੱਕਾ ਜਦੋਂ ਗੁਲਾਮ ਤੁਰੇ ਨਾ ਹੁਣ ਸ਼ਹਿਜ਼ਾਦੇ ਬੋਲ ਕੇ ਆਦਿ ਬਿਲਾਲ ਹਬਸ਼ੀ ਕੋ ਜਾਣਨਾ ਇਹ ਆਦੇ ਤੁਸਾਂ ਬਿਲਾਲ ਕੋ ਕਿਵੇਂ ਜਾਣਦੇ ਹੋ ਮੈਂ ਉਹਦੀ ਨਸਲ ਹੀ ਚੂ ਹਾਂ ਸ਼ਹਿਜ਼ਾਦੇ ਆਦਿ ਬਿਲਾਲ ਸਾਡੇ ਨਾਨੇ ਦਾ ਮੁਹਾਸੇ ਦਾ ਸਦਾ ਵਸਦਾ ਨਹੀਂ ਸਦਾ ਵਸਦਾ ਬਿਸਮਿਲਾ ਕਰਦੀਆਂ ਦੇ ਫਰਦੇ ਹੋਣੇ ਇਹ ਵੀ ਛੋੜ ਕੇ ਚਲਾ ਗਿਆ ਹੁਣ ਜਿਹੜਾ ਆਪ ਗਿਣ ਕੇ ਤੁਰਨ ਲੱਗੇ ਛੋਟੀ ਔਲਾਦ ਵਾਲਾ ਤੇਰੀ ਵੀ ਛੋਟੀ ਔਲਾਦ ਉਸੇ ਮੇਰੀ ਵੀ ਛੋਟੀ ਔਲਾਦ ਹੈ ਗਿਣ ਕੇ ਤੁਰਨ ਲੱਗਾ ਇਹਦੀ ਬੀਵੀ ਅੱਗਾ ਆਈਏ ਬੀਵੀ ਤੂੰ ਤਲਵਾਰ ਮਾਰੀ ਇਸ ਮੈਂ ਤਾਂ ਇਵੇਂ ਪੜੇ ਚਾਰ ਸਾਲਾ ਧੀ ਮਕਾਨ ਦੀ ਛੱਤ 'ਤੇ ਚੜ੍ਹ ਗਈ ਹੈ
ਹੱਕਲ ਮਾਰ ਕੇ ਆਦਿ ਵਜੇ ਲੋਕੋ ਸਾਰੇ ਮਹਿਮਾਨ ਮਰੀ ਦੇ ਭਾਏ ਕੋਈ ਸਾਰੇ ਮਹਿਮਾਨ ਕੁਛੜਾ ਦਰਿਆ Allah, Allah, Allah.